ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਜਨ ਦੇਖ ਰਹੇ ਦਰਸ਼ਕਾਂ ਦਾ ਆਪ ਜੀ ਦਾ ਅਰਦਾਸ ਗੁਰਪ੍ਰੀਤ ਸਿੰਘ ਕੋਈ ਸਵਾਗਤ ਕਰਦਾ। ਦਿੱਲੀ ਦੇ ਵਿੱਚ ਅਸੀਂ ਗੀਤਾ ਕਲੋਨੀ ਇਲਾਕੇ ਦੇ ਵਿੱਚ ਮੌਜੂਦ ਹੈਗੇ ਹਾਂ ਔਰ ਅੱਜ ਇੱਥੇ ਗੁਰਦੁਆਰਾ ਸਾਹਿਬ ਗੀਤਾ ਕਲੋਨੀ ਦੋ ਬਲਾਕ ਵਿਖੇ ਇੱਕ ਸਮਾਗਮ ਸੰਧਿਆ ਵੇਲੇ ਦਾ ਖਾਸ ਤੌਰ ਤੇ ਉਚੇਚੇ ਤੌਰ ਤੇ ਆਰੰਭਿਆ ਗਿਆ ਸੀਗਾ ਔਰ ਇਹ ਜੋ ਪ੍ਰੋਗਰਾਮ ਜੋ ਉਪਰਾਲਾ ਕਰਾਇਆ ਗਿਆ ਸੀਗਾ ਉਹਦਾ ਜੋ ਪ੍ਰਕਰਨ ਸੀਗਾ ਉਹ ਸੀਗਾ ਕਿ ਜੋ ਦਿੱਲੀ ਦੀ ਸਿਆਸਤ ਦੇ ਵਿੱਚ ਜੋ ਭੁਚਾਲ ਆਇਆ ਹੋਇਆ ਜਿਹਦੇ ਕਰਕੇ ਜੋ ਦੋਸ਼ ਔਰ ਜਿਹੜੇ ਉਸ ਤੋਂ ਇਲਾਵਾ ਜਿਹੜੇ ਇਲਜ਼ਾਮ ਲੱਗਦੇ ਪਏ ਨੇ ਭਾਵੇਂ ਉਹ ਘੁਟਾਲਿਆਂ ਦੇ ਹੋਣ ਭਾਵੇਂ ਕਰੈਕਟਰ ਦੇ ਹੋਣ ਉਹ ਜੋ ਸਵਾਲ ਚੁੱਕੇ ਜਾ ਰਹੇ ਨੇ ਦਿੱਲੀ ਦੇ ਸਿਆਸਤਦਾਨਾਂ ਦੇ ਉੱਪਰ ਉਹਨੂੰ ਲੈ ਕੇ ਦਿੱਲੀ ਦੀ ਸੰਗਤਾਂ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੀ ਹੈ ਔਰ ਉਹਨਾਂ ਦੇ ਹਿਰਦੇ ਨੂੰ ਜਿਹੜਾ ਹੈਗੀ ਆ ਠੇਸ ਪਹੁੰਚੀ ਹੈਗੀ ਹੈ ਕਿ ਬੜੇ ਕੀਮਤੀ ਵੋਟਾਂ ਪਾ ਕੇ ਆਪਾਂ ਜਿਹਨਾਂ ਸਿਆਸਤਦਾਨਾਂ ਨੂੰ ਚੁਣਦੇ ਹਾਂ ਉਹਨਾਂ ਵੱਲੋਂ ਜੋ ਇਹ ਘੁਟਾਲੇ ਔਰ ਇਹ ਜੋ ਚੀਜ਼ਾਂ ਸਾਹਮਣੇ ਆਉਂਦੀਆਂ ਤਾਂ ਸੰਗਤ ਦੇ ਮਨ ਦੇ ਵਿੱਚ ਜਿਹੜਾ ਇੱਕ ਰੋਸ਼ ਉਤਪੰਨ ਹੁੰਦਾ ਹੈਗਾ ਉਹ ਰੋਸ਼ ਨੂੰ ਜ਼ਾਹਰ ਕਰਨ ਵਾਸਤੇ ਇੱਕ ਆਪਾਂ ਕਹਿ ਸਕਦੇ ਇੱਕ ਇੰਡੀਪੈਂਡੈਂਟ ਜਥੇਬੰਦੀ ਵੱਲੋਂ ਜਿਹਦਾ ਕੋਈ ਵੀ ਕੋਈ ਹਜੇ ਤੱਕ ਕੋਈ ਐਸਾ ਨਾਮ ਨਹੀਂ ਹੈਗਾ ਅਤੇ ਉਹਨਾਂ ਵੱਲੋਂ ਇੱਕ ਜਿਹੜਾ ਇੱਕ ਸਮਾਗਮ ਜਿਹੜਾ ਹੈਗਾ ਸ਼ਾਮ ਦਾ ਜੋ ਕਿ ਇੱਥੇ ਜੋ ਕਰਾਇਆ ਗਿਆ ਸੀਗਾ ਜਿਹਦੇ ਵਿੱਚ ਕੀਰਤਨ ਸਮਾਗਮ ਨਿਰੋਲ ਕੀਰਤਨ ਸਮਾਗਮ ਸੀਗਾ ਕੋਈ ਲੈਕਚਰ ਜਾਂ ਬਿਆਨਬਾਜ਼ੀ ਨਹੀਂ ਸੀ ਕੀਤੀ ਗਈ। ਖਾਲਸਾ ਪੰਥ ਦੇ ਅੰਦਰ ਜਿਹੜੇ ਮਤਭੇਦ ਚੱਲ ਰਹੇ ਨੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਆਪਸੀ ਪਿਆਰ ਇਫਾਦੀ ਵਾਸਤੇ ਅੱਜ ਦੇ ਸ਼ਾਮ ਦੇ ਵਿਸ਼ੇਸ਼ ਤੌਰ ਤੇ ਸੋਹਣੇ ਦੀਵਾਨ ਸਜੇ। ਸੋ ਜਿਹੜੇ ਵੀਰਾਂ ਨੇ ਉਹ ਸਮਾਗਮ ਕਰਾਇਆ ਸੀਗਾ ਉਹਨਾਂ ਦੇ ਨਾਲ ਜੁੜਦੇ ਹੈਗੇ ਆ ਕਿ ਬਈ ਕਿਉਂ ਉਹਨਾਂ ਨੂੰ ਲੱਗਾ ਕਿ ਬਈ ਹਜੇ ਤੱਕ ਪ੍ਰਕਾਸ਼ ਪੁਰਬ ਵਾਸਤੇ ਸਮਾਗਮ ਹੁੰਦੇ ਸੀਗੇ ਜਾਂ ਸ਼ਹੀਦੀ ਗੁਰਪੁਰਬਾਂ ਵਾਸਤੇ ਸਮਾਗਮ ਹੁੰਦੇ ਸੀਗੇ ਔਰ ਜੋ ਮਹੀਨਾ ਵੀ ਉਹੀ ਚੱਲ ਰਿਹਾ ਹੈਗਾ ਪਰ ਇਹ ਸਮਾਗਮ ਜੋ ਕੀਤਾ ਗਿਆ ਹੈਗਾ ਕਿ ਦਿੱਲੀ ਦੇ ਵਿੱਚ ਜੋ ਦੁਰਦਸ਼ਾ ਚੱਲਦੀ ਪਈ ਹੈ ਸਿੱਖ ਰਾਜਨੀਤੀ ਦੀ ਉਹਨੂੰ ਚੜ੍ਹਦੀ ਕਲਾ ਬਖਸ਼ਣ ਵਾਸਤੇ ਔਰ ਉਹਦੀ ਅਰਦਾਸ ਕਰਨ ਵਾਸਤੇ ਸਮਾਗਮ ਕਰਾਇਆ ਗਿਆ ਹੈਗਾ। ਸਾਡੇ ਨਾਲ ਸੰਗਤਾਂ ਇੱਥੇ ਮੌਜੂਦ ਨੇ ਗੱਲਬਾਤ ਕਰਦੇ ਹਾਂ ਜੀ ਸਾਰਿਆਂ ਨਾਲ ਗੁਰਫਤਿਹ ਦੀ ਸਾਂਝ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਤੋਂ ਪਹਿਲੇ ਸ਼ੁਰੂਆਤ ਕਰਾਂਗੇ। ਇਹਨਾਂ ਵੀਰਾਂ ਨੇ ਕਿਹਾ ਕਿ ਸਾਡੀ ਕੋਈ ਜਥੇਬੰਦੀ ਨਹੀਂ ਹੈਗੀ ਪਹਿਲੇ ਤਾਂ ਇਹਨਾਂ ਤੋਂ ਇਹ ਪੁੱਛਾਂਗੇ ਕਿ ਵਾਕਿਆ ਤੁਹਾਡੇ ਕੋਈ ਜਥੇਬੰਦੀ ਹੈ ਜਾਂ ਨਹੀਂ। ਸਾਡੀ ਕੋਈ ਜਥੇਬੰਦੀ ਨਹੀਂ ਹੈ, ਅਸੀਂ ਇੱਕ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਹਿੱਸੇ ਹੈਗੇ ਹਾਂ ਅਤੇ ਕਿਸੇ ਵੀ ਸੰਸਥਾ ਕਿਸੇ ਵੀ ਔਰਗਨਾਈਜੇਸ਼ਨ ਕਿਸੇ ਵੀ ਕਮੇਟੀ ਜਾਂ ਕਿਸੇ ਵੀ ਵੱਡੇ ਜਥੇ ਜਾਂ ਕੋਈ ਵੀ ਕਿਸੇ ਦਾ ਨਾਂ ਨਹੀਂ ਲੈ ਸਕਦੇ ਅਸੀਂ ਕਿਸੇ ਨਾਲ ਜੁੜੇ ਹੋਏ ਹੋਈਏ ਜਾਂ ਸਾਨੂੰ ਰਾਜਨੀਤਿਕ ਤੌਰ 'ਤੇ ਅਸੀਂ ਕਿਸੇ ਪ੍ਰਕਾਰ ਨਾਲ ਵੀ ਲਿੰਕ ਨਹੀਂ ਹੈਗੇ ਕਿਸੇ ਨਾਲ। ਯਾਨੀ ਕਿ ਕਿਸੇ ਕਿਉਂਕਿ ਕਹਿ ਦਿੱਤਾ ਜਾਂਦਾ ਜਦੋਂ ਇਹੋ ਜਿਹੇ ਬਿਆਨ ਆਉਂਦੇ ਨੇ ਕਿਹਾ ਜਾਂਦਾ ਕਿ ਵੀ ਫਲਾਣੇ ਦੀ ਜਥੇਬੰਦੀ ਕਰ ਰਹੀ ਹੈ ਫਲਾਣੇ ਦੇ ਉਹਨਾਂ ਦੇ ਸਪੋਰਟਰ ਹੈ ਉਹਨਾਂ ਦੇ ਸਪੋਰਟਰ ਹੈ ਅਤੇ ਇਸ ਤਰੀਕੇ ਦਾ ਇਸ ਪ੍ਰਕਾਰ ਦਾ ਕੁਛ ਵੀ ਨਹੀਂ ਹੈਗਾ। ਕਿਉਂ ਲੱਗਾ ਕਿ ਇਹ ਜੋ ਸਮਾਗਮ ਜਿਹੜੇ ਹੈਗੇ ਕਰਾਏ ਜਾਣੇ ਕਿਉਂਕਿ ਹੁਣ ਤੱਕ ਇਹ ਦੇਖਿਆ ਜਾਂਦਾ ਕਿ ਪ੍ਰਕਾਸ਼ ਪੁਰਬ ਹੁੰਦੇ ਤਾਂ ਸਮਾਗਮ ਹੁੰਦੇ ਸਾਢੇ 500 ਸਾਲਾਂ ਚੱਲਦਾ ਪਿਆ ਉਸ ਤੋਂ ਇਲਾਵਾ ਜੋ ਜੋ ਦਿਨ ਵੀ ਚੱਲਦੇ ਪਏ ਹੈਗੇ ਆ ਗੁਰਅਰਜਨ ਪਾਤਸ਼ਾਹੀ ਦੇ ਸ਼ਹੀਦੀ ਪੁਰਬ ਦੇ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਸੁਖਮਨੀ ਸਾਹਿਬ ਦੇ ਜੇ ਕਿ ਉਪਰਾਲੇ ਹੁੰਦੇ ਨੇ ਦੁਪਹਿਰ ਜਾਂ ਸਵੇਰ ਦੇ ਵੇਲੇ ਪਰ ਇਹਨਾਂ ਦਿਨਾਂ ਦੇ ਵਿੱਚ ਜੋ ਹੈ ਉਪਰਾਲਾ ਗਿਆ ਮੈਨੂੰ ਲੱਗਦਾ ਹੁਣ ਤੱਕ ਡਿਫਰੈਂਟ ਜਿਹਾ ਉਪਰਾਲਾ ਕਿ ਪੰਥ ਦੀ ਚੜ੍ਹਦੀ ਕਲਾ ਵਾਸਤੇ ਜੋ ਉਹ ਖੇ ਇੱਕ ਦੂਜੇ 'ਤੇ ਸੁੱਟੀ ਜਾ ਰਹੀ ਹੈਗੀ ਉਹਦੇ ਤੋਂ ਬਚਣ ਵਾਸਤੇ ਸਮਾਗਮ ਕਿਉਂ ਕਿੱਦਾਂ ਵਿਚਾਰ ਮਨ 'ਚ ਆ? ਦੇਖੋ ਅਸੀਂ ਨਾ ਕਾਫੀ ਟਾਈਮ 'ਤੇ ਹੀ ਕੁਝ ਸੋਸ਼ਲ ਮੀਡੀਆ ਦੇ ਵਿੱਚ ਆਪਣੇ ਆਪ ਨੂੰ ਇਨਵੋਲਵ ਰੱਖਦੇ ਹਾਂ, ਬਹੁਤ ਸਾਰੀਆਂ ਸਰਚ ਸਾਈ ਵੈਬਸਾਈਟਾਂ ਨੇ ਨਾਂ ਨਹੀਂ ਲੈ ਸਕਦੇ ਅਤੇ ਉਸ ਦੇ ਉੱਤੇ ਬਹੁਤ ਸਾਰੀਆਂ ਐਕਟੀਵਿਟੀਆਂ ਰਾਜਨੀਤਿਕ ਦਲਾਂ ਵੱਲੋਂ ਨਾ ਵੀਡੀਓ ਅਪਲੋਡ ਕੀਤੇ ਜਾ ਰਹੇ, ਮੈਸੇਜਿੰਗ ਹੋ ਰਹੀ, ਬਹੁਤ ਸਾਰੀਆਂ ਐਸੀਆਂ ਐਕਟੀਵਿਟੀਆਂ ਕੀਤੀਆਂ ਜਾ ਰਹੀਆਂ ਨੇ ਕਿ ਵੀ ਜਿਹਦੇ ਕਰਕੇ ਦੇਖਣ ਨਾਲ ਨਾ ਬੜਾ ਇੱਕ ਜਿਹੜਾ ਸੋਚਣ ਦਾ ਹੋਰ ਇੱਕ ਦੇਖਣ ਦਾ ਤਰੀਕਾ ਸੀ ਉਹ ਬੜਾ ਬੁਰਾ ਸੀ, ਉਹ ਦਇਨੀ ਹੈ, ਉਹਨੂੰ ਤਕਲੀਫ ਦਿੰਦਾ ਉਹ। ਅਗਰ ਦੇਖਦੇ ਹਾਂ ਕਿ ਵੀ ਇੱਕ ਧੜੇ ਦੇ ਕੁਝ ਸਿੱਖ ਰਲ ਕੇ ਦੂਜੇ ਸਿੱਖ ਦੇ ਉੱਤੇ ਐਲੀਗੇਸ਼ਨ ਤੋਂ ਐਲੀਗੇਸ਼ਨ ਦੋਵਾਂ ਪਾਸਿਓਂ ਐਲੀਗੇਸ਼ਨ ਦੀ ਬੁਛਾਰ ਹੋ ਰਹੀ ਹੈ, ਕਿਤੇ ਵੀ ਉਹਨੂੰ ਡਿਫੈਂਡ ਕਰਨ ਦਾ ਕੋਈ ਗੱਲ ਨਹੀਂ ਚੱਲ ਰਹੀ। ਮੇਰੀ ਸਿਰਫ ਕੇਵਲ ਇਸ ਸਮਾਗਮ ਨੂੰ ਕਰਾਉਣ ਦੀ, ਤੁਸੀਂ ਬਿਲਕੁਲ ਸਹੀ ਕਿਹਾ ਕਿ ਅੱਜ ਦਿਹਾੜੇ 500-550 ਸਾਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਤਾਬਦੀ, ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਦੀ ਸ਼ਹੀਦੀ ਦੇ ਉੱਤੇ ਦਿਹਾੜੇ ਚੱਲ ਰਹੇ ਨੇ, ਇਹ ਮੁਬਾਰਕ ਇਹਨਾਂ ਦਿਹਾੜਿਆਂ ਦੀ ਅਸੀਂ ਕਿਸੇ ਨਾਲ ਤੁਲਨਾ ਨਹੀਂ ਕਰ ਸਕਦੇ।
ਇਹ ਸੱਚੇ ਪਾਤਸ਼ਾਹੀ ਦੇ ਦਿਵਸ ਨੇ ਇਹ ਸਾਨੂੰ ਮਨਾਉਣੇ ਆ ਆਪਾਂ ਨੂੰ ਸ਼ਰਧਾ ਭਾਵ ਹੋ ਕੇ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਹਿੱਸੇ ਆ ਆਪਾਂ ਨੂੰ ਮਨਾਉਣੇ ਆ ਇਹਨਾਂ ਦੀ ਗੱਲ ਨਹੀਂ ਆ ਪਰੰਤੂ ਜੇ ਅਸੀਂ ਪੰਥਕ ਤੌਰ ਦੇ ਉੱਤੇ ਜੇ ਸਾਡੇ ਆਪਸੀ ਇੱਕ ਅਸੀਂ ਗੁਰੂ ਪੰਥ ਪਰਿਵਾਰ ਦੇ ਹਿੱਸੇ ਆ ਸਾਡੇ ਪਰਿਵਾਰ 'ਚ ਆਪਸੀ ਇੱਕ ਗ੍ਰਹਿ ਕਲੇਹ ਪਿਆ ਹੋਇਆ ਆਪਾਂ ਅਸੀਂ ਕਹਿ ਸਕਦੇ ਹਾਂ ਕਿ ਇੱਕ ਭਰਾ ਇੱਕ ਪਰਿਵਾਰ 'ਚ 4-5 ਭਰਾ ਨੇ ਅਤੇ ਆਪਸ 'ਚ ਲੜੀ ਜਾ ਰਹੇ ਨੇ ਅਤੇ ਉਹਦਾ ਕੀ ਅਸਰ ਹੋਏਗਾ ਉਹ ਪੂਰਾ ਪਰਿਵਾਰ ਉਹ 'ਤੇ ਨਾਲ ਇਫੈਕਟ ਕਰੇਗਾ ਠੀਕ ਹੈ ਇਹ ਜ਼ਰੂਰੀ ਨਹੀਂ ਹੈ ਕਿ ਉਸ ਪਰਿਵਾਰ ਦਾ ਮੁਖੀਆ ਉਸ ਪਰਿਵਾਰ ਦੇ ਵਿੱਚ ਉਹ ਰੋਟੀ ਦੇਣ ਵਾਲੇ ਬੰਦੇ ਨੂੰ ਇਫੈਕਟ ਕਰੇਗਾ ਉਸ ਹਰ ਬੰਦੇ ਨੂੰ ਕਰੇਗਾ ਜੋ ਉਸ ਪਰਿਵਾਰ ਦੇ ਨਾਲ ਜੁੜਿਆ ਹੋਇਆ ਹੋਏਗਾ ਠੀਕ ਹੈ ਨਾ ਅਤੇ ਅਸੀਂ ਉਸ ਪਰਿਵਾਰ ਦੇ ਹਿੱਸੇ ਹਾਂ ਬੜਾ ਦੁੱਖ ਲੱਗਦਾ ਬੜੀ ਤਕਲੀਫ ਹੁੰਦੀ ਹੈ ਜਦੋਂ ਇੱਕ ਦੂਜੇ ਉਹਦੇ ਚਿੱਕੜਬਾਜ਼ੀ ਹੋ ਰਹੀ ਹੁੰਦੀ ਹੈ ਇੱਕ ਦੂਜੇ 'ਤੇ ਗੱਲਾਂ ਕੀਤੀਆਂ ਜਾ ਰਹੀਆਂ ਉਹਨੂੰ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕੀਤਾ ਜਾ ਰਿਹਾ ਕਰੋ ਜੀ ਸਦਕੇ ਕਰੋ ਪੋਸਟ ਕਰਨਾ ਚਾਹੀਦਾ ਮੈਸੇਜ ਜਾਣੇ ਚਾਹੀਦੇ ਪਰ ਲੇਕਿਨ ਇਸ ਤਰ੍ਹਾਂ ਪੋਸਟ ਕਰੋ ਕਿ ਜਿਹੜੀ ਸਿੱਖ ਪੰਥ ਦੀ ਇੱਕ ਛਵੀ ਹੈ ਨਾ ਇੱਕ ਬਹੁਤ ਵੱਡੀ ਛਵੀ ਹੈ ਜਿਹਨੂੰ ਕੋਈ ਹਿਲਾ ਨਹੀਂ ਸਕਦਾ ਉਹਨੂੰ ਹਿਲਾਉਣ ਵਾਸਤੇ ਸਿੱਖ ਆਪ ਹੀ ਆਤੁਰ ਹੋਏ ਪਏ ਨੇ ਉਹਨੂੰ ਆਪ ਹੀ ਆਤੁਰ ਹੋਏ ਪਏ ਨੇ ਅਤੇ ਉਹਨੂੰ ਦੇਖ ਨਹੀਂ ਰਹੇ ਕਿ ਵੀ ਤੁਹਾਡੇ ਇਸ ਮੈਸੇਜ ਦੇ ਨਾਲ ਉਹਨਾਂ ਗੈਰ ਸਿੱਖ ਸੰਸਥਾਵਾਂ ਦੇ ਉੱਤੇ ਕਿਤਨਾ ਮੈਸੇਜ ਜਾਵੇਗਾ ਉਹ ਇਸ ਨੂੰ ਕਿਸ ਤਰ੍ਹਾਂ ਲੈਣਗੇ ਕਿ ਵੀ ਆਹ ਸਿੱਖ ਆਪਸ 'ਚ ਲੜਦੇ ਪਏ ਨੇ ਚਲੋ ਜੀ ਹੁਣ ਇਹਨਾਂ ਦੀ ਲੜਾਉਣ ਦੀ ਜਿਹਦਾ ਫਾਇਦਾ ਅਸੀਂ ਚੁੱਕੀਏ ਜੋ ਹੁੰਦਾ ਜੋ ਸਮੇਂ ਦੀਆਂ ਸਰਕਾਰਾਂ ਕਰਦੀਆਂ ਆਈਆਂ ਨੇ ਅਤੇ ਮੇਰੀ ਕੇਵਲ ਇੰਨੀ ਅਪੀਲ ਹੈ ਇੱਕ ਤਕਲੀਫ ਹੈਗੀ ਹੈ ਸਾਡੀ ਅਸੀਂ ਚਾਹੁੰਦੇ ਹਾਂ ਠੀਕ ਹੈ ਜਿਸ ਨੇ ਵੀ ਕੋਈ ਵੀ ਅਸੀਂ ਕਿਹਦਾ ਨਾਂ ਨਹੀਂ ਲੈ ਰਹੇ ਕੌਣ ਚੰਗਾ ਕੌਣ ਮਾੜਾ ਅਸੀਂ ਇਸਦਾ ਸਾਡੇ ਕੋਈ ਤਕੜੀ ਨਹੀਂ ਹੈ ਤੋਲਣ ਵਾਲੀ ਜਾਂ ਅਸੀਂ ਜਿਹੜੀ ਸਾਡੇ ਕੋਲ ਤਕੜੀ ਨਹੀਂ ਹੈ ਸਾਡੇ ਕੋਲ ਕੋਈ ਤਕੜੀ ਨਹੀਂ ਹੈ ਸਾਡੇ ਕੋਲ ਕੋਈ ਤਕੜੀ ਨਹੀਂ ਹੈ ਕਿਸੇ ਨੂੰ ਚੰਗਾ ਜਾਂ ਮਾੜਾ ਕਹਿਣ ਵਾਲੀ ਕੇਵਲ ਸਾਨੂੰ ਇਹੀ ਮੇਰੀ ਇੱਕੋ ਹੀ ਅਪੀਲ ਹੈ ਕਿ ਜੋ ਵੀ ਤੁਹਾਡੀ ਆਪਸੀ ਲੜਾਈ ਹੈ ਜਾਂ ਜੋ ਵੀ ਤੁਹਾਡੀਆਂ ਆਪਸੀ ਮਤਭੇਦ ਨੇ ਕਿਸੇ ਵੀ ਗੱਲ ਨੂੰ ਲੈ ਕੇ ਕਿਸੇ ਵੀ ਚੀਜ਼ ਨੂੰ ਲੈ ਕੇ ਉਹਨੂੰ ਅਸੀਂ ਜਿਵੇਂ ਅੱਜ ਅਸੀਂ ਸੱਚੇ ਪਾਤਸ਼ਾਹੀ ਦਾ ਕੀਰਤਨ ਕਰ ਰਹੇ ਸੀ ਤਾਂ ਸ਼ਬਦ ਪੜ੍ਹ ਰਹੇ ਸੀ ਕਿ ਹੋ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਏ ਹੋ ਨਾਵੇਂ ਕਿ ਬੈਸੋ ਜੋੜੇ ਗੁਰਮੁਖ ਬੈਸੋ ਸਫਾ ਵਿਛਾਈ ਜੇ ਅਸੀਂ ਆਪਣੇ ਆਪ ਨੂੰ ਗੁਰਮੁਖ ਗੁਰਸਿੱਖ ਸਮਝਦੇ ਹਾਂ ਤਾਂ ਸਾਨੂੰ ਇੱਕ ਪਲੈਟਫਾਰਮ 'ਤੇ ਖੜ੍ਹੇ ਹੋ ਕੇ ਇੱਕ ਰੂਮ ਦੇ ਵਿੱਚ ਬੈਠ ਕੇ ਇਹਨੂੰ ਡਿਸਕਸ ਕਰਨਾ ਚਾਹੀਦਾ ਇਹਨੂੰ ਬੰਦ ਕਮਰੇ ਦੇ ਵਿੱਚ ਰਿਜ਼ੋਲਵ ਕਰਨਾ ਚਾਹੀਦਾ ਨਾ ਕਿ ਉਸਨੂੰ ਢੰਡੋਰ ਪਿੱਟ ਕੇ ਛਵੀ ਖਰਾਬ ਕਰਨੀ ਚਾਹੀਦੀ ਹੈ ਸਿੱਖ ਪੰਥ ਦੀ ਤੁਸੀਂ ਬਿਲੀਵ ਕਰੋ ਕਿ ਇਹਨਾਂ ਸਾਰੀਆਂ ਐਕਟੀਵਿਟੀਆਂ ਨੂੰ ਦੇਖ ਕੇ ਜਿਹੜੇ ਲੋਕ ਗੁਰੂ ਨਾਨਕ ਸਾਹਿਬ ਦੀ ਗੋਲਕ ਨੂੰ ਗੁਰੂ ਗਰੀਬ ਦਾ ਮੂੰਹ ਸਮਝਦੇ ਸੀ ਹੁਣ ਤੱਕ ਸੰਗਤਾਂ ਦੇ ਦਿਮਾਗ ਦੇ ਵਿੱਚ ਆਹੀ ਚੱਲਦਾ ਹੈ ਕਿ ਬਈ ਅਸੀਂ ਇੱਕ ਰੁਪਈਆ ਵੀ ਦਾਨ ਕੀਤਾ ਨਾ ਅਤੇ ਗੁਰਸਿੱਖ ਉਹਦੇ ਲੰਗਰ ਲਾਉਣਗੇ ਜੇ ਸਾਡੀ ਹੁਣ ਗੋਲਕ 'ਚ ਪਾਈ ਹੋਈ ਮਾਇਆ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾਵੇਗਾ ਲੋਕਾਂ ਸਾਹਮਣੇ ਤੁਸੀਂ ਅਮੇਜ਼ ਕਰੋ ਇੱਕ ਦਿਮਾਗ ਦੇ ਵਿੱਚ ਸੋਚੋ ਇੱਕ ਪਿਕਚਰ ਬਣਾਓ ਕਿ ਉਹ ਲੋਕ ਕਿਵੇਂ ਸੋਚਣਗੇ ਕਿ ਬਈ ਹੁਣ ਤਾਂ ਗੁਰੂ ਘਰ ਵੀ ਨਹੀਂ ਰਿਹਾ ਦਾਨ ਪੁੰਨ ਕਰਨ ਜੋਗਾ ਬਈ ਹੁਣ ਤਾਂ ਇਹ ਤਾਂ ਆਪਸ 'ਚ ਲੜਨਾ ਸ਼ੁਰੂ ਕਰਤਾ ਇਹਨਾਂ ਨੇ ਤਾਂ ਮੇਰਾ ਸਿਰਫ ਕੇਵਲ ਇਹੀ ਇੱਕ ਅਪੀਲ ਹੈਗੀ ਹੈ ਬੜੀ ਰਿਕੁਐਸਟ ਹੈ ਸਾਰਿਆਂ ਸੱਜਣਾਂ ਨੂੰ ਮਿਲ ਕੇ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਕੁਝ ਵੀ ਕਰੋ ਬਟ ਉਹਨੂੰ ਸੋਸ਼ਲ ਮੀਡੀਆ 'ਤੇ ਪੋਸਟ ਕਰਨ ਦੀ ਬਜਾਏ ਉਹਦਾ ਰੈਜ਼ੋਲਿਊਸ਼ਨ ਕੱਢੋ ਸਿਰ ਆਪ ਜੀ ਕੋਲ ਮੈਂ ਵਾਪਸ ਆਵਾਂਗਾ ਸਾਡੇ ਨਾਲ ਕੁਝ ਹੋਰ ਵੀ ਜਿਹੜੇ ਵੀਰ ਨੇ ਉਹਨਾਂ ਤੋਂ ਵੀ ਅਸੀਂ ਸਵਾਲ ਪੁੱਛਦੇ ਹੈਗੇ ਆ ਆਪ ਜੀ ਤੋਂ ਗੱਲ ਕਰਾਂਗੇ ਕੀ ਕਹਿਣਾ ਚਾਹੋਗੇ ਕੀ ਇਹ ਖਾਸ ਇੱਕ ਜਿਹੜਾ ਹੈਗਾ ਕਿਸੇ ਜਥੇਬੰਦੀ ਦੇ ਤੁਸੀਂ ਕਹਿ ਰਹੇ ਕਿ ਨਹੀਂ ਕਰ ਰਹੇ ਬੈਨਰ ਥੱਲੇ ਨਹੀਂ ਕਰ ਰਹੇ ਪਰ ਕੀ ਇਹ ਜਿਹੜਾ ਹੈਗਾ ਇਹ ਤੁਸੀਂ ਕਿਹਨੂੰ ਆਪਾਂ ਕਹਿ ਰਹੇ ਕਿ ਕਿਹੜੇ ਕਿਉਂਕਿ ਇਸ ਟਾਈਮ ਜੋ ਘੁਟਾਲੇ ਜਿਹੜੇ ਆ ਰਹੇ ਨੇ ਉਹ ਹਰ ਤਰੀਕੇ ਤੋਂ ਆ ਰਹੇ ਜੇ ਮਨਜੀਤ ਸਿੰਘ ਜੀਕੇ ਦੇ ਉੱਪਰ ਵੀ ਇਲਜ਼ਾਮ ਲੱਗ ਰਹੇ ਨੇ ਅਵਤਾਰ ਸਿੰਘ ਗਿੱਧ ਦੇ ਉੱਪਰ ਵੀ ਲੱਗ ਰਹੇ ਨੇ ਗੁਰਮੀਤ ਸਿੰਘ ਸ਼ੰਟੀ ਦੇ ਉੱਪਰ ਵੀ ਲੱਗ ਰਹੇ ਨੇ ਔਰ ਲਗਾਤਾਰ ਸਿਆਸਤ ਦੇ ਵਿੱਚ ਇੱਕ ਭੁਚਾਲ ਆਇਆ ਤੁਸੀਂ ਕਿਹਦੇ ਵਾਸਤੇ ਜਿਹੜਾ ਹੈਗਾ ਕਿ ਇਹ ਪ੍ਰੋਗਰਾਮ ਕਰ ਰਹੇ ਹੋ ਕਿ ਬਈ ਕਿਹਨਾਂ ਨੂੰ ਤੁਸੀਂ ਅੱਜ ਦੇ ਪ੍ਰੋਗਰਾਮ 'ਚ ਟਾਰਗੇਟ ਕਰਨਾ ਚਾਹੁੰਦੇ ਮਨਜੀਤ ਸਿੰਘ ਸ਼ੰਟੀ ਸਿੰਘ ਸਭ ਦੇ ਨਾਮ ਦੇ ਅੱਗੇ ਸਿੰਘ ਲੱਗੇ ਜੋ ਸਾਰੇ ਸਾਡੇ ਭਰਾ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਦੇ ਅਕੋਰਡਿੰਗ ਅਤੇ ਆਪਾਂ ਇੱਕ ਪਰਿਵਾਰ ਹੈਗੇ ਹਾਂ ਪੰਥ ਖਾਲਸਾ ਖੇਤੀ ਮੇਰੀ ਕਰੋ ਸੰਭਾਲ ਮੈਂ ਇਸ ਕੇਰੀ ਸੱਚੇ ਪਾਤਸ਼ਾਹ ਨੇ ਇਹਨੂੰ ਪੰਥ ਖਾਲਸਾ ਨੂੰ ਆਪਣੀ ਖੇਤੀ ਜਾਣ ਕੇ ਕਿਹਾ ਅਸੀਂ ਪਰਿਵਾਰ ਹਾਂ ਉਹਨਾਂ ਦੇ ਪਰਿਵਾਰਿਕ ਮੈਂਬਰ ਹੈਗੇ ਹਾਂ ਸੱਚੇ ਪਾਤਸ਼ਾਹ ਨੇ ਇੰਨਾ ਮਾਣ ਬਖਸ਼ਿਆ ਸਾਨੂੰ ਆਪਣੇ ਸਾਹਿਬਜ਼ਾਦਿਆਂ ਦੀ ਜਗ੍ਹਾ 'ਤੇ ਰੱਖਿਆ ਅਤੇ ਆਪਾਂ ਆਪਣੇ ਆਪ ਨੂੰ ਸਾਹਿਬਜ਼ਾਦਿਆਂ ਦੀ ਜਗ੍ਹਾ 'ਤੇ ਕਦੀ ਸੋਚੀਏ ਵੀ ਬਣਦੇ ਚੋਣਾਂ ਦੀ ਚੜ੍ਹਨਾਂ ਦੀ ਧੂੜ ਵੀ ਨਹੀਂ ਸਕਦੇ ਆਪਾਂ ਲੇਕਿਨ ਉਹਨਾਂ ਦੀ ਜਗ੍ਹਾ 'ਤੇ ਸਾਨੂੰ ਰਹਿਣਾ ਉਹਨਾਂ ਦੇ ਵਾਂਗ ਬਣਨਾ ਇਹ ਸਾਡਾ ਇੱਕ ਮੋਟਿਵ ਹੋਣਾ ਚਾਹੀਦਾ ਸੀਗਾ ਠੀਕ ਹੈ ਜੀ ਚਲੋ ਜੋ ਵੀ ਗੱਲ ਹੈ ਮਤਭੇਦ ਭਰਾਵਾਂ ਦੇ ਵਿੱਚ ਹੁੰਦੇ ਅੱਜ ਘਰ ਘਰੇ ਹਰ ਕਿਸੇ ਦੇ ਘਰ ਭਰਾਵਾਂ ਦੀ ਲੜਾਈ ਹੈ ਕਿਹਦੇ ਘਰ ਨਹੀਂ ਹੈ ਮੋਸਟਲੀ ਲੋਕਾਂ ਦੇ ਘਰ ਭਾਵੇਂ ਛੋਟੇ ਜਿਹੇ ਲੈਵਲ 'ਤੇ ਹੈ ਵੱਡੇ ਲੈਵਲ 'ਤੇ ਹੈ ਜੋ ਵੀ ਹੈ ਬਟ ਲੇਕਿਨ ਪਬਲੀਕਲੀ ਐਕਸਪੋਜ਼ ਕਰਨ ਦਾ ਉਹਦੇ ਨਾਲ ਕੋਈ ਤੱਤ ਨਿਕਲਦਾ ਨਹੀਂ ਜੇਕਰ ਕਿਸੇ ਕੋਲ ਵੀ ਡਾਕੂਮੈਂਟੇਸ਼ਨਸ ਹੈਗੇ ਆ ਜਿਹੜੀ ਵੀ ਗੱਲ ਹੈ ਦੋਨੋਂ ਤੁਹਾਡੇ ਆਪਸ ਵਿੱਚ ਨੇ ਜਾਂ ਇੰਟਰਨਲ ਮੈਟਰਸ ਨੇ ਐਕਸਟਰਨਲ ਹੈ ਜਿਵੇਂ ਸ਼ੰਟੀ ਜੀ ਐਕਸਟਰਨਲ ਪਾਰਟੀ ਤੋਂ ਹੈਗੇ ਨੇ ਅਤੇ ਸਿਰਸਾ ਦੇ ਜੀ ਕੇ ਇੱਕ ਇੰਟਰਨਲ ਪਾਰਟੀ ਦੇ ਹੈਗੇ ਸੀਗੇ ਹੁਣ ਮਾਈਟ ਵੀ ਪੋਸੀਬਲ ਤੁਸੀਂ ਕਹੋ ਐਕਸਟਰਨਲ ਨੇ ਅਤੇ ਜੋ ਵੀ ਗੱਲ ਹੈ ਇੰਟਰਨਲ ਔਰ ਐਕਸਟਰਨਲ ਡਾਕੂਮੈਂਟੇਸ਼ਨਸ ਹੈਗੇ ਨੇ ਵੈਲਿਡ ਡਾਕੂਮੈਂਟੇਸ਼ਨ ਅਤੇ ਵਾਈ ਦੇ ਡੋਂਟ ਦੇ ਗੋ ਟੂ ਦਾ ਕੋਰਟ ਕੋਰਟ ਜਾਣ ਉੱਥੇ ਜਾ ਕੇ ਮਸਲੇ ਹੱਲ ਕਰਨ ਜੋ ਮਤਾ ਨਿਕਲਦਾ ਉਹ ਸੰਗਤ ਦੇ ਅੱਗੇ ਲੈ ਕੇ ਆਉਣ ਸੰਗਤ ਨੂੰ ਰਸਤੇ ਵਿੱਚ ਗੁੰਮਰਾਹ ਕਰਨ ਦਾ ਕੀ ਮਤਲਬ ਜੀ ਸਵਾਲ ਇਹ ਵੀ ਹੈਗਾ ਕਿ ਕੋਰਟ ਕਿਉਂ ਜਾਣ ਕੋਰਟ ਉਹਨਾਂ ਨੂੰ ਨਹੀਂ ਚੁੰਦੀ ਨਾ ਚੁੰਦੀ ਤਾਂ ਉਹਨਾਂ ਨੂੰ ਸੰਗਤ ਹੈ ਅਤੇ ਜਵਾਬਦੇਹੀ ਕੋਰਟ ਅੱਗੇ ਹੈਗੀ ਜਾਂ ਸੰਗਤ ਅੱਗੇ ਹੈਗੀ ਇਹ ਵੀ ਇੱਕ ਵੱਡਾ ਸਵਾਲ
जेकर इन्होंने पब्लिकली कोई गल चुकी है सिर्फ और सिर्फ मैनू लगता है जिथे तक सिखी इन्होंने अप किया नो डाउट सिखी जी जिन्नी शताब्दियां बनिया फतेह मार्च मनाया सिखी नू बहुत लैवल से लैके गए तो अदर कम्युनिटीज़ भी यदा एक्सप्लोरेशन होया अच्छे लैवल से बट लेकिन ए हो रहा उन्ना ही नैगेटिव इंपैक्ट पै रहा उन्ना ही ज़्यादा जिथे कोई होर पार्टी छड़ के गई से उस तो भी असं नीचे आ गए मैं जानना मैनू मेरे लैवल दे विच किन्ने सारे लिंक्स है ईवन हर किसी के लैवल के लिंक्स होंगे जिन्होंने दूजी कम्युनिटी के तो मैंबर जाते हैं तो वह ही कहें जी सानू पंडित जी ने यह गल बोली कि जी काली वाली दाल चढ़ा दो काले छोले चढ़ा दो या 80 रुपये दान कर दो उन्होंने कहें जी ए नहीं दसिया कि कितने दान कर दो तो सब तो स्पैसीफिकली प्लेस की चुनते हैं कि गुरुद्वारा दान कर दो क्यों जी कहें इतने दिता दान सब तो वधिया जगह लगेगा क्योंकि ना जी सोचवाणी इहो जी है लेकिन हुण इह गल्लां दे करके तुसीं आप सोचो ना सिखां दे मन ते तुसीं वरुंदे सिखां दे मनां ते जिहड़ी ठेस पहुंची है जिहड़े सिख मंदे ने सिख पंथ नूं अपना परिवार ते उहनां दे मन सोचो की रुल्ले उह ते छड्डो प्लस जिहड़े अदर कम्युनिटीज़ दे मैंबर है उहनां दे उत्ते की इंपैक्ट पै रिहा दा उह सोचे समझे बिना ਇਹ ਲੋਕ ਆਪਣੇ ਆਪ ਨੂੰ ਪੰਥ ਦੇ ਸਿਆਸਤਦਾਰ ਮੰਨਦੇ ਹੈ ਆਪਣੇ ਆਪ ਨੂੰ ਕਹਿੰਦੇ ਆ ਜੀ ਅਸੀਂ ਪੋਲੀਟੀਸ਼ੀਅਨਸ ਹੈਗੇ ਹਾਂ ਅਤੇ ਪੋਲੀਟੀਸ਼ੀਅਨਸ ਤੋਂ ਵੱਡਾ ਆਈ ਡੋਂਟ ਥਿੰਕ ਸੋ ਕਿ ਕੋਈ ਵੀ ਫੋਰਕਾਸਟ ਕਰ ਸਕਦਾ ਯਾਨੀ ਕਿ ਜਿਹੜਾ ਇੱਕ ਗੋਲਕ ਦੇ ਵਿੱਚ ਗੁਰੂ ਘਰ ਦੀ ਗੋਲਕ ਦੇ ਵਿੱਚ ਜਦੋਂ ਦਾਨ ਪੁੰਨ ਕੀਤਾ ਜਾਂਦਾ ਹੈਗਾ ਅਤੇ ਉਹ ਦਾਨ ਕਰਨ ਵਾਲਾ ਇੱਕ ਇਕੱਲਾ ਸਿੱਖ ਹੀ ਨਹੀਂ ਹੁੰਦਾ ਮੈਨੂੰ ਲੱਗਦਾ ਕਿ ਉਸ ਤੋਂ ਜ਼ਿਆਦਾ ਜਿਹੜੇ ਹੈਗੇ ਨੌਨ ਸਿੱਖ ਲੋਕ ਵੀ ਹੁੰਦੇ ਨੇ ਔਰ ਹਰ ਲੈਵਲ ਦਾ ਔਰ ਹਰ ਬੰਦੇ ਦਾ ਹਰ ਸ਼੍ਰੇਣੀ ਦਾ ਔਰ ਹਰ ਕਲਾਸ ਦਾ ਬੰਦਾ ਜੇ ਕੋਈ ਕਰੋੜਾਂ ਦੇ ਵਿੱਚ ਕੋਈ ਦਾਨ ਕਰ ਸਕਦਾ ਆਪਣੀ ਹੈਸੀਅਤ ਦੇ ਹਿਸਾਬ ਨਾਲ ਉਹ ਕਰਦਾ ਜੇ ਕੋਈ 1 ਰੁਪਈਆ ਜਿਹੜਾ ਹੈਗਾ ਆਪਣੀ ਸ਼ਰਧਾ ਭਾਵਨਾ ਨਾਲ ਪੇਸ਼ ਕਰਨਾ ਚਾਹੁੰਦਾ ਹੈਗਾ ਤਾਂ ਉਹ ਵੀ ਉਹ 1 ਰੁਪਏ ਦਾ ਮੱਥਾ ਵੀ ਡੇਕ ਕੇ ਜਾਂਦਾ ਹੈਗਾ ਅਤੇ ਪਰ ਉਹ ਗੋਲਕ ਦੇ ਵਿੱਚ ਜਦੋਂ ਆਉਂਦਾ ਜਦੋਂ ਉਹ ਘੁਟਾਲੇ ਸਾਹਮਣੇ ਨਿਕਲ ਕੇ ਆਉਂਦੇ ਕਿ ਜਿਹੜੇ ਸਿੱਖਾਂ ਦੀ ਗੋਲਕ ਦੇ ਜਿਹੜੇ ਘੁਟਾਲੇ ਨੇ ਉਹ ਲਗਾਤਾਰ ਜਿਹੜੇ ਹੈਗੇ ਕਿੱਥੇ ਯੂਜ਼ ਕੀਤੇ ਜਾ ਰਹੇ ਆ ਪਰਸਨਲ ਯੂਜ਼ ਕੀਤੇ ਜਾ ਰਹੇ ਆ ਉਹਨਾਂ ਦੇ ਭਾਵੇਂ ਉਹ ਸਾਬਤ ਹੋਣ ਨਾ ਹੋਣ ਪਰ ਜੇ ਇਲਜ਼ਾਮ ਵੀ ਲੱਗਦੇ ਨੇ ਦੋਸ਼ ਵੀ ਲੱਗਦੇ ਨੇ ਅਤੇ ਆਮ ਜਿਹੜਾ ਸਿੱਖ ਦਾ ਹੋਰ ਆਮ ਇੱਕ ਵਿਅਕਤੀ ਜਿਹੜਾ ਮਨ ਜਿਹੜਾ ਹੈਗਾ ਉਹਦੇ ਨੂੰ ਠੇਸ ਪਹੁੰਚਦੀ ਹੈਗੀ ਆ ਕਿ ਬਈ ਕੀ ਸਾਡਾ ਦਿੱਤਾ ਹੋਇਆ ਦਾਨ ਸਹੀ ਜਗ੍ਹਾ 'ਤੇ ਜਾ ਰਿਹਾ ਨਹੀਂ ਜਾ ਰਿਹਾ ਇਸ ਦੇ ਵਾਸਤੇ ਇਹਨਾਂ ਵੀਰਾਂ ਦਾ ਜਿਹੜਾ ਹੈਗਾ ਇੱਕ ਉਪਰਾਲਾ ਸੀਗਾ ਉਹਨਾਂ ਨੇ ਜੋ ਇੱਥੇ ਇੱਕ ਉਪਰਾਲਾ ਕੀਤਾ ਕੁਛ ਹੋਰ ਵੀ ਵੀਰ ਨੇ ਉਹਨਾਂ ਤੋਂ ਪੁੱਛਾਂਗੇ ਇੱਕ ਸਵਾਲ ਹੈ ਸਿੱਧਾ ਤੁਹਾਡੇ ਨਾਲ ਤੁਸੀਂ ਕੀ ਸਮਝਦੇ ਹੈਗੇ ਹੋ ਕਿ ਬਈ ਇਹਦੇ ਉੱਪਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਨਵੋਲਵਮੈਂਟ ਹੋਣੀ ਚਾਹੀਦੀ ਹੈ ਕਿ ਨਹੀਂ ਕਿਉਂਕਿ ਹੁਣ ਤੱਕ ਜਿਸ ਤਰੀਕੇ ਹੋ ਰਹੇ ਡੈਫੀਨੇਟਲੀ ਹੋਣੀ ਚਾਹੀਦੀ ਹੈ ਜੀ ਅਕਾਲ ਤਖਤ ਸਾਹਿਬ ਨੂੰ ਇਹਨਾਂ 'ਤੇ ਸਭ ਤੋਂ ਪਹਿਲੇ ਤਾਂ ਰੋਕ ਲਾਉਣੀ ਚਾਹੀਦੀ ਹੈ ਕਿ ਕੋਈ ਵੀ ਵੀਡੀਓ ਤੁਸੀਂ ਪਬਲਿਕਲੀ ਨਾ ਪਾਓ ਸਾਡੇ ਕੋਲ ਆ ਕੇ ਡਿਸਕਸ਼ਨ ਕਰੋ 5 ਮੈਂਬਰ ਕਮੇਟੀ ਭਾਵੇਂ ਉਹ ਚਾਰਟਰਡ ਅਕਾਊਂਟੈਂਟਸ ਬਿਠਾਉਣ ਆਡੀਟਰਸ ਦੇ ਲੈਵਲ ਦੇ ਅੱਛੇ ਲੈਵਲ ਤੋਂ ਡਿਲੋਇਟ ਜਿਵੇਂ ਕਹਿ ਰਹੇ ਨੇ ਕਿ ਹੁਣ ਅਸੀਂ ਆਡੀਟਰ ਚੂਜ਼ ਕਰ ਰਹੇ ਹਾਂ ਅੱਛੇ ਲੈਵਲ ਦੀ ਫਰਮਸ ਨੂੰ ਅਪੁਆਇੰਟ ਕਰਨ ਅਤੇ ਉਹ ਡਾਕੂਮੈਂਟੇਸ਼ਨ ਚੈੱਕ ਕਰਨ ਫਿਰ ਉਹ ਕੱਢਣ ਕੀ ਚੀਜ਼ ਲੈਜਰਸ ਵਿੱਚ ਕੀ ਚੀਜ਼ ਹੈ ਅਕਾਊਂਟਿੰਗ ਵਿੱਚ ਕੀ ਹੈ ਅਤੇ ਕਿਵੇਂ ਹੈ ਪੇਪਰਸ ਕੀ ਲੈ ਕੇ ਆ ਰਿਹਾ ਜਿਵੇਂ ਉਹਨੇ ਜੀਕੇ ਸਾਹਮਣੇ ਇੱਕ ਨੋਰਮਲ ਇੱਕ ਪੇਪਰ ਕਹਿਤਾ ਜੀ ਮੇਰੇ ਪੀਏ ਨੂੰ 80 ਲੱਖ ਦਿੱਤੇ ਗਏ ਉਹ ਕਿੱਧਰ ਹੈ 60-80 ਆਈ ਥਿੰਕ 200 ਕਿੰਨਾ ਸੀ ਅਤੇ ਕਹਿਣ ਦਾ ਭਾਵ ਹੈ ਕਿ ਜਿਹੜੀ ਬਿਆਨਬਾਜ਼ੀ ਜਿਹੜੀ ਬਿਆਨਾਂ ਦੀ ਲੜਾਈ ਹੋ ਰਹੀ ਹੈ ਨਾ ਉਹ ਸਟਾਪ ਕੀਤੀ ਜਾਵੇ ਉਹ ਬਸ ਆਪਾਂ ਦੇਖ ਰਹੇ ਹਾਂ ਕਿ ਕੇਵਲ ਅਸੀਂ ਤੂੰ ਚੋਰ ਤੂੰ ਚੋਰ ਤੂੰ ਚੋਰ ਤੂੰ ਐਂ ਕੀਤਾ ਤੂੰ ਆਪਣੇ ਆਪ ਨੂੰ ਪ੍ਰੂਫ ਕਰੋ ਨਾ ਸਾਹਮਣੇ ਲਿਆਓ ਕਿ ਵੀ ਮੈਂ ਗਲਤ ਨਹੀਂ ਹਾਂ ਬਈ ਮੈਨੂੰ ਕਹਿਣ ਵਾਲਾ ਬੰਦਾ ਜਿਹੜਾ ਤੁਸੀਂ ਮੈਨੂੰ ਜੇ ਕਹਿੰਦੇ ਹੋ ਕਿ ਮੈਂ ਗਲਤ ਹਾਂ ਤਾਂ ਮੈਂ ਪ੍ਰੂਫ ਕਰਾਂਗਾ ਮੈਂ ਗਲਤ ਨਹੀਂ ਹਾਂ ਤਾਂ ਉਹ ਗਲਤ ਪ੍ਰੂਫ ਕਰਕੇ ਆਪਣੇ ਇਸ ਗੱਲ ਨੂੰ ਸਟਾਪ ਕੀਤਾ ਜਾਵੇ ਇਹਨੂੰ ਇਹਨੂੰ ਸਟਾਪ ਕੀਤਾ ਜਾਵੇ ਗੱਲ ਨੂੰ ਅਸੀਂ ਸਾਡੀ ਇਹੀ ਰਿਕੁਐਸਟ ਹੈ ਕਿ ਇਹਨੂੰ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰਨ ਦੀ ਬਜਾਏ ਪਲੀਜ਼ ਉਹਨੂੰ ਬੈਠ ਕੇ ਰਿਜ਼ੋਲਵ ਕੀਤਾ ਜਾਏ ਇਹ ਸਾਡੀ ਅਪੀਲ ਹੈ ਅਜੇ ਅਪੀਲ ਹੈਗੀ ਹੈ ਫਿਰ ਅਸੀਂ ਅਗਰ ਨਹੀਂ ਮੰਨਣਗੇ ਕਿ ਵੀ ਸੋਸ਼ਲ ਮੀਡੀਆ ਦੇ ਉੱਤੇ ਹਾਲੇ ਨਹੀਂ ਹੋਣਗੇ ਫਿਰ ਅਸੀਂ ਇਹਨਾਂ ਨੇ ਕੋਲ ਪਰਸਨਲੀ ਜਾ ਕੇ ਰਿਕੁਐਸਟ ਕਰਾਂਗੇ ਕਿ ਬਈ ਭਾਈ ਸਾਹਿਬ ਜੀ ਇਸ ਦਾ ਨਾਂ ਕਰੋ ਜਿਹੜੇ ਵੀ ਤੁਸੀਂ ਵੀਡੀਓ ਜਾਂ ਜਿੰਨੇ ਵੀ ਤੁਸੀਂ ਇੰਟਰਵਿਊਜ਼ ਜਿਹੜੇ ਪ੍ਰਿੰਟ ਕਰਨੇ ਨੇ ਐਵੀਡੈਂਸ ਦੇ ਨਾਲ ਗੱਲ ਕਰੋ ਹੋਰ ਇਹਨੂੰ ਕਲੋਜ਼ ਕਰੋ ਕਿਉਂਕਿ ਚਾਹਾਂਗਾ ਕਿ ਇਸ ਤੋਂ ਇਲਾਵਾ ਜੇ ਸਿਰਫ ਇਕੱਲੇ ਗੋਲਕ ਜਾਂ ਚੋਰੀਆਂ ਦੇ ਇਲਜ਼ਾਮ ਨਹੀਂ ਲੱਗ ਰਹੇ ਕਰੈਕਟਰ ਨੂੰ ਲੈ ਕੇ ਵੀ ਕੁਝ ਸਵਾਲ ਚੁੱਕੇ ਜਾਣੇ ਸ਼ੁਰੂ ਕਰ ਦਿੱਤੇ ਆ ਤੁਸੀਂ ਕੀ ਸਮਝਦੇ ਹੋ ਕਿ ਦਿੱਲੀ ਦੀ ਸਿੱਖ ਸਿਆਸਤ ਵਾਸਤੇ ਜਿੱਥੇ ਖਾਸ ਤੌਰ ਤੇ ਗੁਰਦੁਆਰਿਆਂ ਦੀ ਇਨਵੋਲਵਮੈਂਟ ਹੋਵੇ ਔਰ ਜਿਹੜੀ ਕਮੇਟੀ 10 ਗੁਰੂਘਰਾਂ ਦੇ ਜਿਹੜੇ ਹੈਗੇ ਆ ਪ੍ਰਬੰਧਾਂ ਵਾਸਤੇ ਜਿਹੜੀ ਚੁਣੀ ਗੰਦੀ ਹੋਏ ਉਹਦੇ ਉੱਪਰ ਜੋ ਕਰੈਕਟਰ ਨੂੰ ਲੈ ਕੇ ਹੋਰ ਬੈੱਡਾਂ ਦੀ ਜੇ ਗੱਲ ਜੇ ਚੱਲਣੀ ਸ਼ੁਰੂ ਹੋ ਗਈ ਹੈ ਕਿੰਨੀ ਕੁ ਕਿਹੋ ਜਿਹੀ ਸਥਿਤੀ ਦੇ ਵਿੱਚ ਹੈਗੇ ਹਾਂ ਅਸੀਂ ਕੀ ਅਸੀਂ ਮਾਵਾਂ ਧੀਆਂ ਦੇ ਵਿੱਚ ਬਿਆਨਾਂ ਦੀ ਇਹਨਾਂ ਚੀਜ਼ਾਂ ਦੀ ਗੱਲ ਕਰ ਸਕਦੇ ਹਾਂ ਆਪਣੇ ਘਰਾਂ ਦੇ ਵਿੱਚ ਦੇਖੋ ਇਹ ਜਿਸ ਤਰ੍ਹਾਂ ਦੇ ਬਿਆਨਬਾਜ਼ੀ ਜਿਹੜੀ ਬੈੱਡ ਜਾਂ ਜਿਸ ਤਰ੍ਹਾਂ ਵੀ ਜੋ ਤੁਸੀਂ ਬੋਲ ਰਹੇ ਹੋ ਜਾਂ ਜੋ ਵੀ ਪਿੱਛੇ ਮੀਡੀਆ ਦੇ ਉੱਤੇ ਚੱਲਿਆ ਇਹ ਇੱਕ ਸਮਝਦਾਰ ਇਨਸਾਨ ਦੇ ਮੈਸੇਜ ਨਹੀਂ ਹੈਗੇ ਆ ਇਸ ਤਰ੍ਹਾਂ ਮੈਸੇਜ ਨਹੀਂ ਜਾਣੇ ਚਾਹੀਦੇ ਹੈਗੇ ਆ ਕਰੈਕਟਰ ਦੀ ਜਿਹੜੀ ਜਾਂਚ ਹੈ ਜਾਂ ਜੋ ਵੀ ਹੈ ਇਹ ਸਾਡੀ ਸ਼੍ਰੋਮਣੀ ਸੰਸਥਾ ਜਿਹੜੀ ਅਕਾਲ ਤਖਤ ਸਾਹਿਬ ਹੈ ਇਹ ਉਹਨੂੰ ਸੁਨਿਸ਼ਚਿਤ ਕਰਨਾ ਪਏਗਾ ਇਸ ਚੀਜ਼ ਨੂੰ ਕਿ ਵੀ ਅਸੀਂ ਕਿਹੜੇ ਬੰਦੇ ਨੂੰ ਟਿਕਟ ਦੇ ਰਹੇ ਹਾਂ ਕਿਹੜੇ ਬੰਦੇ ਨੂੰ ਅਸੀਂ ਰਿਪ੍ਰੈਜੈਂਟ ਕਰੇ ਜਾਂ ਜਿਹੜੀ ਪਾਰਟੀ ਦਾ ਮੁਖੀ ਹੈ ਮੁੱਖ ਆਗੂ ਹੈ ਜੋ ਵੀ ਹੈ ਉਹਨੂੰ ਪਹਿਲੇ ਸੁਨਿਸ਼ਚਿਤ ਕਰਨਾ ਪਏਗਾ ਕਿ ਆਪਾਂ ਕਿਹੜੇ ਕਿਹੜੇ ਆਪਣੇ ਟੀਮ ਮੈਂਬਰਸ ਨੂੰ ਚੂਜ਼ ਕਰ ਰਹੇ ਹਾਂ ਕਿਹੜੇ ਮੈਂਬਰ ਟੀਮ ਮੈਂਬਰਸ ਨੂੰ ਚੂਜ਼ ਕਿਹੜੇ ਕਿਹੜੇ ਟੀਮ ਮੈਂਬਰਸ ਨੂੰ ਅਸੀਂ ਚੂਜ਼ ਕਰ ਰਹੇ ਹਾਂ ਉਹਨਾਂ ਦਾ ਕਰੈਕਟਰ ਲੈਵਲ ਕੀ ਹੈਗਾ ਉਹਨਾਂ ਦੀ ਬੋਲੀ ਸ਼ੈਲੀ ਕਿੱਦਾਂ ਦੀ ਹੈ ਉਹਨਾਂ ਦਾ ਕੀ ਆਚਰਣ ਹੈਗਾ ਇਹਦੇ ਉੱਤੇ ਤੇ ਡੇ 1 ਤੇ ਐਕਟੀਵਿਟੀ ਇਹਦੇ ਉੱਤੇ ਡੇ 1 ਦੇ ਉੱਤੇ ਐਕਟੀਵਿਟੀ ਹੋਣੀ ਚਾਹੀਦੀ ਹੈ ਪਹਿਲੇ ਦਿਨ ਤੇ ਇਹ ਤੇ ਫਸਟ ਸਟੈਪ ਹੈਗਾ
ਜਿਹੜੀ ਗੁਰਸਿੱਖ ਰਹਿਤ ਹੈ ਉਹ ਸਭ ਤੋਂ ਪਹਿਲੀ ਹੈ। ਇਹ ਤਾਂ ਬਾਕੀ ਤਾਂ ਮੈਨੇਜਮੈਂਟ ਹੈ, ਉਹ ਤਾਂ ਰਿਸੋਰਸ ਐਡਮਿਨਿਸਟ੍ਰੇਸ਼ਨ ਹੈ, ਤੁਸੀਂ ਕਰਨਾ ਹੈ ਪਹਿਲੇ। ਜੇ ਬੰਦਾ ਆਪਣੀ ਰਹਿਤ ਵਿੱਚ ਨਹੀਂ ਹੋਏਗਾ ਤਾਂ ਕਿਸੇ ਦੂਜੇ ਨੂੰ ਕਿਸ ਤਰ੍ਹਾਂ ਦ੍ਰਿੜ ਕਰਾਉਂਗੇ? ਸਭ ਤੋਂ ਪਹਿਲਾਂ ਇਹ ਤਾਂ ਸਭ ਤੋਂ ਪਹਿਲਾ ਸਟੈਪ ਹੈਗਾ ਕਿ ਵੀ ਜਿਹੜੀ ਤੁਸੀਂ ਗੱਲਾਂ ਕਹਿ ਰਹੇ ਹੋ ਇਹਦੀ। ਔਰ ਪਹਿਲੀ ਗੱਲ, ਕੁਝ ਵੀ ਕਹਿਣ ਵਾਲਿਆਂ ਦੇ ਉੱਤੇ ਪਹਿਲੇ ਨਿਸ਼ਪਕਸ਼ ਜਾਂਚ ਹੋਣੀ ਚਾਹੀਦੀ ਹੈ ਕਿ ਇਹ ਗੱਲ ਕਿੰਨੀ ਕੁ ਵੈਲਿਡ ਹੈ, ਤਾਂ ਕਿ ਜਿਹੜਾ ਇੱਕ ਸੰਗਤ ਵਿੱਚ ਮੈਸੇਜ ਹੈ ਉਹ ਗਲਤ ਮੈਸੇਜ ਨਾ ਜਾਵੇ ਕਿ ਅਸੀਂ ਥੋੜ੍ਹੀ ਕੀਤੀਆਂ ਮਾੜੀ ਜਿਹੀ ਗੱਲ ਹਿਲਾ ਦਿੰਦੇ ਹਾਂ, ਮਾੜੀ ਜਿਹੀ ਗੱਲ ਫੈਲਾ ਦਿੰਦੇ ਹਾਂ, ਪਰ ਉਹਦਾ ਇੰਪੈਕਟ ਕਿੰਨੀ ਦੂਰ ਤੱਕ ਜਾਂਦਾ ਹੈ ਇਹਨਾਂ ਲੋਕਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਹੈ। ਇੱਕ ਸੰਗਤ ਦੇ ਇੰਟਰੈਕਸ਼ਨ ਦਾ ਇੱਕ ਮੁੱਦਾ ਚੱਲਦਾ ਪਏਗਾ ਕਿ ਸੰਗਤ ਦੀ ਇੰਟਰੈਕਸ਼ਨ ਸ਼ਾਇਦ ਲੀਡਰਾਂ ਤੱਕ ਓਨੀ ਨਹੀਂ ਰਹੀ ਹੈ, ਤਕਰੀਬਨ ਉਹ ਘੱਟਦੀ ਜਾ ਰਹੀ ਹੈਗੀ ਹੈ, ਕਿਉਂਕਿ ਜਦੋਂ ਕੋਈ ਨਾ ਕੋਈ ਮੈਂਬਰਾਂ ਤੋਂ ਕੰਮ ਕਰਾਉਣਾ ਹੁੰਦਾ ਹੈ ਉਸ ਤੋਂ ਬਾਅਦ ਆਪਾਂ ਕੰਮ ਤਾਂ ਕਰਾ ਲੈਂਦੇ ਹਾਂ, ਪਰ ਕਈ ਚੀਜ਼ਾਂ ਹੁੰਦੀਆਂ ਜਦੋਂ ਵੋਟਾਂ ਮੰਗਣ ਦੁਬਾਰਾ ਸਾਡੇ ਹਲਕਿਆਂ ਦੇ ਵਿੱਚ ਆਉਂਦੇ, ਇਲਾਕਿਆਂ ਦੇ ਵਿੱਚ, ਘਰਾਂ ਦੇ ਵਿੱਚ ਆਉਂਦੇ, ਤਾਂ ਸੰਗਤ ਉਹਨਾਂ ਤੋਂ ਸਵਾਲ ਨਹੀਂ ਪੁੱਛਦੀ, ਜਿਸ ਕਰਕੇ ਉਹ ਲੀਡਰ ਜਿਹੜੇ ਹੈਗੇ ਨੇ ਉਹ ਆਪਣੀ ਜ਼ਿੰਮੇਦਾਰੀ ਨਹੀਂ ਸਮਝਦੇ ਕਿ ਜੇ ਕੋਈ ਗੱਲ ਨਹੀਂ, ਜੇ ਘੁਟਾਲੇ ਹੋ ਗਏ ਕੋਈ ਗੱਲ ਨਹੀਂ, ਦੋ ਸਾਲ ਬਾਅਦ ਜਾਵਾਂਗੇ, ਸਾਨੂੰ ਕਿਹੜਾ ਕਿਸੇ ਨੇ ਪੁੱਛਣਾ ਹੈਗਾ ਕਿ ਤੁਹਾਨੂੰ ਚਾਹੀਦਾ ਕਿ ਤੁਹਾਨੂੰ ਤੁਸੀਂ ਸਮਝਦੇ ਹੋ ਕਿ ਵੀ ਸੰਗਤ ਨੂੰ ਚਾਹੀਦਾ ਕਿ ਇਸ ਮਾਮਲੇ ਦੇ ਵਿੱਚ ਆਪਣੀ ਉਹ ਜਵਾਬਦੇਹੀ ਜਿਹੜੀ ਹੈਗੀ ਉਹਨਾਂ ਤੋਂ ਮੰਗਣ? ਨਹੀਂ ਸਿੰਘ ਸਾਹਿਬ, ਮੈਂ ਇਹ ਸਮਝਦਾ ਨਹੀਂ ਕਿ ਹਰ ਇੱਕ ਗੁਰਸਿੱਖ ਲਾਲ ਪਿਆਰਾ ਇਹਨਾਂ ਸਭ ਗੱਲਾਂ ਨੂੰ ਨਹੀਂ ਪੁੱਛਦਾ ਹੋਏਗਾ, ਅਤੇ ਉਹ ਚਾਹੀਦਾ ਕਿ ਨਹੀਂ ਚਾਹੀਦਾ, ਲਾਜ਼ਮੀ ਹੈ, ਬਲਕਿ ਅਪੀਲ ਹੈ ਕਿ ਜਿਹੜੇ ਪੜ੍ਹੇ ਲਿਖਾ ਯੂਥ ਹੈ ਉਹ ਅੱਗੇ ਖਲੋਵੇ, ਸਵਾਲ ਕਰੇ ਪਾਉਣ ਤੋਂ ਪਹਿਲੇ ਕਿ ਭਾਈ ਤੁਸੀਂ ਆਏ ਹੋ ਤਾਂ ਕਿਉਂ ਆਏ ਹੋ, ਜੇ ਪਿਛਲੀ ਵਾਰੀ ਆਏ ਸੀ ਤਾਂ ਕੀ ਲੈ ਕੇ ਆਏ ਹੋ, ਪਿਛਲੀ ਵਾਰੀ ਕੀ ਕਰਕੇ ਆਏ ਹੋ ਅਤੇ ਹੁਣ ਕੀ ਲੈ ਕੇ ਆਏ ਹੋ, ਪੁੱਛਣਾ ਪਏਗਾ ਉਹਨਾਂ ਨੂੰ, ਇਹ ਸਵਾਲ ਪੁੱਛਣਾ ਚਾਹੀਦਾ ਸਾਨੂੰ। ਜਿਸ ਤਰੀਕੇ ਉਹ ਘੁਟਾਲੇ ਸਾਹਮਣੇ ਆਏ ਆ, ਤੁਹਾਨੂੰ ਕੀ ਲੱਗਦਾ ਕਿ ਉਸ ਦੇ ਬਾਰੇ ਸੰਗਤ ਨੂੰ ਸਵਾਲ ਕਰਨੇ ਚਾਹੀਦੇ ਹੈ ਕਿ ਨਹੀਂ? ਨਹੀਂ, ਸੰਗਤ ਨੂੰ ਸਵਾਲ ਕਰਨ ਤੋਂ ਪਹਿਲਾਂ ਅਗਰ ਇਹ ਸਾਰੇ ਖੁਦ ਆਪਣੇ ਆਪ ਨੂੰ ਸਮਝਦੇ ਨੇ ਕਿ ਇਮਾਨਦਾਰ ਹੈ, ਤਾਂ ਇਹਨਾਂ ਨੂੰ ਖੁਦ ਹੀ ਆਪਣੇ ਆਪ ਸਾਰੀਆਂ ਓਪਨਸ ਕਰ ਦੇਣੀਆਂ ਚਾਹੀਦੀਆਂ ਚੀਜ਼ਾਂ ਕਿ ਦੇਖੋ ਸਾਡੇ 'ਤੇ ਗਲਤ ਐਲੀਗੇਸ਼ਨ ਲੱਗ ਰਹੇ ਨੇ, ਆਹ ਰਿਕਾਰਡ ਨੇ, ਆਹ ਹਿਸਟਰੀ ਹੈਗੀ ਆ, ਅਸੀਂ ਇੰਨਾ ਕੀਤਾ, ਇਸ ਤਰ੍ਹਾਂ ਕੀਤਾ। ਸੰਗਤ ਸਵਾਲ ਕਿੱਥੇ ਕਰੇਗੀ? ਗੁਰੂ ਘਰਾਂ 'ਚ ਜਾ ਕੇ ਕਰੇਗੀ, ਕਮੇਟੀਆਂ 'ਚ ਜਾ ਕੇ ਕਰੇਗੀ, ਧੜੇ ਕਰੇਗੀ? ਗੱਲ ਤਾਂ ਫਿਰ ਉੱਥੇ ਹੀ ਆ ਜਾਏਗੀ ਵੀ ਫਿਰ ਅਸੀਂ ਮੋਰਚੇ ਲੈ ਕੇ ਨਿਕਲੀਏ। ਨਹੀਂ ਨਹੀਂ, ਉਹ ਨਹੀਂ ਹੋ ਸਕਦਾ। ਜੇ ਫਿਰ ਮੋਰਚੇ ਨਿਕਲਾਂਗੇ, ਸੜਕਾਂ 'ਤੇ ਆਵਾਂਗੇ, ਤਾਂ ਲੋਕਾਂ ਨੂੰ ਵੇਖਣ ਤੋਂ ਤਾਂ ਬਚਾਉਣਾ ਹੈ। ਜੇ ਅਸੀਂ ਉਹੀ ਕੰਮ ਕੀਤੇ ਵੀ ਸੰਗਤ ਪੁੱਛੇਗੀ 20-50-100 ਸਿੰਘ ਇਕੱਠਾ ਹੋ ਕੇ ਮੋਰਚਾ ਲੈ ਕੇ ਤੁਰ ਪਏ, ਉਹ ਗੱਲ ਤਾਂ ਉੱਥੇ ਹੀ ਆ ਗਈ। ਜਿਹੜੀ ਚੀਜ਼ ਨੂੰ ਅਸੀਂ ਲੁਕਾਉਣਾ ਚਾਹੁੰਦੇ ਹਾਂ, ਜਿਹੜੀ ਅਸੀਂ ਕਹਿੰਦੇ ਕਿ ਬੈਠ ਕੇ ਚੁੱਪ ਕਰਕੇ ਸ਼ਾਂਤੀ ਮਸਲੇ ਤਰੀਕੇ ਨਾਲ ਹੱਲ ਕੀਤੀ ਜਾਵੇ, ਉਹ ਤਾਂ ਫਿਰ ਸਾਹਮਣੇ ਆ ਜਾਏਗੀ। ਸਵਾਲ ਕਿੱਥੇ ਕਰੀਏ? ਸਵਾਲ ਉਹੀ ਸਿਰਫ ਕੇਵਲ ਇਲੈਕਸ਼ਨ ਇੱਕ ਵੋਟ ਸਾਡੇ ਕੋਲ ਇੱਕ ਰਾਈਟ ਹੈਗੇ ਆ, ਅਸੀਂ ਆਪਣਾ ਜੋ ਵੀ ਕੋਈ ਵੀ ਬੰਦਾ ਵੋਟ ਕਰੇ ਉਹ ਬੜਾ ਸੋਚ ਸਮਝ ਕੇ ਵੋਟ ਕਰੇ, ਕਿਸੇ ਦੀਆਂ ਚਿਕਨੀਆਂ ਚੁਪੜੀਆਂ ਗੱਲਾਂ 'ਚ ਆ ਕੇ ਵੋਟ ਨਾ ਕਰੇ, ਉਹ ਸਹੀ ਪੱਖ ਦੇਖੇ, ਗੁਰਮਤ ਦਾ ਦਾਇਰਾ ਵੇਖੇ ਕਿ ਬਾਈ ਕੌਣ ਗੁਰਮਤ ਦੀ ਕਸਵੱਟੀ 'ਤੇ ਖਰਾ ਉਤਰਦਾ, ਕਿਉਂਕਿ ਉਹਦਾ ਕਰੈਕਟਰ ਹੀ ਤੁਹਾਨੂੰ ਸਾਰਾ ਕੁਝ ਦੱਸ ਦੇਗਾ ਕਿ ਇਹਨੇ ਕੰਮ ਕਰਨਾ ਜਾਂ ਨਹੀਂ ਕਰਨਾ, ਕਿਸ ਪ੍ਰਕਾਰ ਦਾ ਹੈ। ਆਪ ਜੀ ਤੋਂ ਸਵਾਲ ਰਹੇਗਾ ਮੇਰਾ, ਆਪ ਜੀ ਤੋਂ ਪੁੱਛਾਂਗਾ, ਟਰਾਂਸਪੈਰੈਂਸੀ ਦੀ ਲਿਆਉਣ ਦੀ ਗੱਲ ਹੋਰ ਮੰਗ ਕੀਤੀ ਜਾ ਰਹੀ, ਉਹ ਦਿੱਲੀ ਕਮੇਟੀ ਕਹਿ ਵੀ ਰਹੀ ਹੈ ਕਿ ਹੁਣ ਅਸੀਂ ਟਰਾਂਸਪੈਰੈਂਸੀ ਲਿਆਵਾਂਗੇ, ਤੁਹਾਨੂੰ ਕੀ ਲੱਗਦਾ ਟਰਾਂਸਪੈਰੈਂਸੀ ਆਉਣ ਦੇ ਵਿੱਚ ਕੀ ਇਹ ਜਿਹੜੇ ਮੁੱਦੇ ਉੱਠਣੇ ਸ਼ੁਰੂ ਹੋ ਗਏ ਕਿ ਉਸ ਤੋਂ ਬਾਅਦ ਵੀ ਉੱਠਦੇ ਰਹਿਣਗੇ, ਟਰਾਂਸਪੈਰੈਂਸੀ ਤੋਂ ਹੱਲ ਹੋਣਗੇ? ਇਹ ਤਾਂ ਟਾਈਮ ਦੱਸੇਗਾ ਕਿ ਉਸ ਤੋਂ ਬਾਅਦ ਕੀ ਹੁੰਦਾ ਹੈ, ਬਟ ਦੇਖਿਆ ਜਾਏ ਤਾਂ ਅੱਜ ਦੇ ਟਾਈਮ 'ਚ ਗੁਰਸਿੱਖਾਂ ਨੂੰ ਬਹੁਤ ਟਾਈਮ ਤੋਂ ਆਈਡੀਅਲ ਮੰਨਦਾ ਆ ਰਿਹਾ ਆਪਾਂ, ਕਿ ਕੋਈ ਵੀ ਕਹਿੰਦਾ ਕਿ ਆਪਾਂ ਗੁਰਸਿੱਖ ਬਣਨਾ, ਆਪਾਂ ਸਿੱਖ ਬਣਨਾ ਹੈ, ਕਿਉਂ? ਕਿਉਂਕਿ ਦੇਖਿਆ ਜਾਂਦਾ ਹੈ ਕਿ ਨਹੀਂ ਆਹ ਹੈਲਪਫੁਲ ਨੇ, ਸਭ ਕੁਛ ਨੇ, ਗੋਲਕ ਵਿੱਚ ਆਪਾਂ ਕਿਉਂ ਮਾਇਆ ਪਾਉਂਦੇ ਹਾਂ? ਉਹ ਕਹਿੰਦੇ ਨੇ ਨਹੀਂ ਬਹੁਤ ਛੇਤੀ ਲੱਗੇਗੀ ਸਾਨੂੰ, ਅਤੇ ਦੇਖਿਆ ਜਾਏ ਤਾਂ ਅੱਜ ਦੇ ਟਾਈਮ 'ਚ ਹਰ ਕੋਈ ਇਹ ਕੁਐਸਚਨ ਮਾਰਕ ਦੇਖੇਗਾ ਕਿ ਨਹੀਂ ਯਾਰ ਆਪਸ ਵਿੱਚ ਹੀ ਇਹਨਾਂ ਦੀ ਨਹੀਂ ਬਣਦੀ ਪਈ, ਅਤੇ ਅਸੀਂ ਇਨਵੋਲਵ ਹੋ ਕੇ ਕੀ ਕਰਾਂਗੇ? ਆਪਾਂ ਅਦਰਸ ਕਮਿਊਨਿਟੀ ਨੂੰ ਕਿਵੇਂ ਇਨਵੋਲਵ ਕਰਾਂਗੇ ਕਿ ਨਹੀਂ ਦੇਖੋ ਗੁਰਸਿੱਖ ਸਾਡਾ ਪੰਥ ਇੱਦਾਂ ਦਾ ਹੈ ਜਾਂ ਇੱਦਾਂ ਦਾ ਹੈ, ਹੁਣ ਤੱਕ ਕਿੰਨਾ ਅੱਛਾ ਚੱਲਦਾ ਆਇਆ, ਚੜ੍ਹਦੀ ਕਲਾ 'ਚ ਆ ਰਿਹਾ ਹੈ, ਤਾਂ ਦੇਖਿਆ ਜਾਏ ਤਾਂ ਹੁਣ ਉਹਨੂੰ ਕਿਵੇਂ ਰੀਪ੍ਰਜੈਂਟ ਕਰਾਂਗੇ ਆਪਾਂ? ਅਗਰ ਦੇਖਿਆ ਜਾਏ ਕੋਈ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਚੈੱਕ ਕਰਦਾ ਹੈ, ਦੇਖਦਾ ਹੈ ਕਿ ਯਾਰ ਇਹ ਤਾਂ ਆਪਸ ਵਿੱਚ ਲੜੀ ਜਾ ਰਿਹਾ, ਅਤੇ ਉਹਦਾ ਇੰਪੈਕਟ ਬਹੁਤ ਗਲਤ ਬੇਵੇ 'ਤੇ ਪੈ ਰਿਹਾ। ਠੀਕ ਹੈ, ਇੱਕ ਆਖਰੀ ਤਕਰੀਬਨ ਸਵਾਲ ਰਹੇਗਾ, ਸਮੱਸਿਆ ਦੀ ਗੱਲ ਅਸੀਂ ਕਰ ਲਈਏ, ਜੇਕਰ ਅਸੀਂ ਕਰ ਲਏ ਹੈਗਾ, ਸੋਲਿਊਸ਼ਨ ਜਾਂ ਇਹਨੂੰ ਰਿਜ਼ੋਲਿਊਟ ਕਿੱਦਾਂ ਕੀਤਾ ਜਾਏਗਾ, ਇਸ ਦੇ ਉੱਪਰ ਕੀ ਸੁਝਾਅ ਆਪਣੇ ਵੱਲੋਂ ਤੁਸੀਂ, ਕਿਉਂਕਿ ਦੇਸ਼ ਦੁਨੀਆ ਤੱਕ ਇਹ ਗੱਲਾਂ ਜਾਂਦੀਆਂ ਨੇ, ਅਕਾਲ ਚੰਦ ਬਾਈ ਦੁਨੀਆ ਦੇਖਦੀ ਹੈ, ਕੀ ਸੁਝਾਅ ਤੁਸੀਂ ਆਪਣੇ ਵੱਲੋਂ ਸੁਜੈਸਟ ਕਰੋ? ਦੇਖੋ, ਸੋਲਿਊਸ਼ਨਸ ਦਾ ਤਾਂ ਇੱਕੋ ਹੀ ਪ੍ਰੋਸੈਸ ਹੈ ਕਿ ਸਾਡੀ ਸਿਰਮੌਰ ਜਿਹੜੀ ਸੀਟ ਹੈ ਉਹ ਹੈ ਅਕਾਲ ਤਖਤ ਸਾਹਿਬ, ਜਿਹਦੇ 'ਤੇ ਸਾਰਾ ਸਿੱਖ ਪੰਥ ਭਾਵੇਂ ਵੱਖਰੇ ਵੱਖਰੇ ਜਥੇਬੰਦੀਆਂ ਦੇ ਵਿੱਚ ਸਾਰੇ ਨਕਮਕਸਤਕ ਹੁੰਦੇ ਨੇ, ਅਤੇ ਉਹਨਾਂ ਦੇ ਵੱਲੋਂ ਹੀ ਇੰਡੀਪੈਂਡੈਂਟ ਪਰਸਨਸ ਅਪੁਆਇੰਟ ਕੀਤੇ ਜਾਣ ਜਿਹੜੇ ਇਹਨਾਂ ਦੀ ਐਪਲੀਕੇਸ਼ਨ ਅਸੈਪਟ ਕਰਨ, ਵੈਦਰ ਫਰੋਮ ਦਾ GK ਔਰ ਫਰੋਮ ਦਾ ਰੂਲਿੰਗ ਪਾਰਟੀ, ਦੋਨੋਂ ਪਾਰਟੀਜ਼ ਤੋਂ ਜਿੰਨੇ ਵੀ ਐਲੀਗੇਸ਼ਨਸ ਨੇ ਉਹ ਸਬਮਿਟਿਡ ਕਰਨ ਵਿਦ ਪਰੂਫ ਸਬਮਿਟ ਕਰਨ, ਸੋ ਦੈਟ ਕਿ ਉਹ ਜਿਹੜੀ ਅੱਗੇ ਅਪੁਆਇੰਟ ਕਰਨ ਬੰਦਿਆਂ ਨੂੰ, ਅਤੇ ਜਿੰਨੇ ਵੀ ਭਾਵੇਂ ਪ੍ਰੋਫੈਸ਼ਨਲਸ ਬੰਦੇ ਅਪੁਆਇੰਟ ਕਰਨ ਜਾਂ ਨੋਰਮਲ ਬੰਦੇ ਵੀ ਅਪੁਆਇੰਟ ਕਰਨ, ਅਤੇ ਉਹ ਉਸ ਡਾਇਰੈਕਸ਼ਨ ਹੀ ਜਾਣ ਕਿ ਸਾਨੂੰ ਕੀ ਚੈੱਕ ਕਰਨਾ। ਇਹ ਐਲੀਗੇਸ਼ਨ ਜਿਹੜੇ ਲਗਾਏ ਗਏ ਆ ਭਾਵੇਂ GK ਸਾਹਿਬ
कृपा करके उही सिर्फ संगत दे अगे एक वारी भावें अकाल तख्त साहब के वलों कोई मैगजीन जारी की जाए या अपनी वैबसाइट पर पाया जाए या एक हुक्मनामा जारी किया जाए कि सज़ा देनी है। तो सो एक रूलिंग जिहड़ी पार्टीज चल रही है हुण इस तरीके एलीगेशन लगाने सानू भी नहीं पता ना असी डॉक्यूमेंट्स चैक किए क्योंकि सिख बंदे दिल्ली के जुनो कि 12 लाख के आस पास बंदे आ वोटा सिर्फ 3-4-5 लाख बंदे पाते हैं साढ़े तीन लाख बंदे रजिस्टर्ड वोट जी है साढ़े 3 लाख और सिर्फ पोल होंगी है तकरीबन 1.25 लाख वोट होंगी है और नियर अबाउट 65 to 75 जो वोट पा दिता होगा वो रूलिंग पार्टी अपॉइंट कर ली जाएगी। तो 12 लाख से 65,000 बंदे वो जी रूलिंग पार्टी अपॉइंट कर रहे हैं तो एक एक बंदे का उसे जाना मुश्किल है एक एक बंदे गुमराह हो रहे जे भी एलीगेशन लगा रहे कुछ नहीं जा रहा 12 लाख सिख संगत प्लस दूजिया संप्रदावान के बंदे सब के सब गुमराह हो रहे हैं। तो एक सिख पंथ का सिर्फ तो सिर्फ किसी के घर का कुछ नहीं जा रहा किसी के घर का कुछ नहीं जा रहा जी जिन्हें पैसा खाना से उन्हें खा चुका है सब अपना बना चुके हैं जिन्हें भी बनाना से मैं किसी के नाल नहीं लड़ रहा लेकिन सिर्फ और सिर्फ जी ठेस पहुँच रही है वो सिख पंथ की इमेज में पहुँच रही है जिद बारे अगर हल्का जहा भी सिख पंथ के प्यार करते हैं अपना परिवार मनते हैं तो एक परिवारिक तरीके के नाल ही इस मसले को हल किया जाए ना कि इस तरीके के नाल पब्लिकली आया जाए। बस आप जी अपने वालों की सुझाव देना चाहते हैं? मैं भाई साहब नाल बिल्कुल सहमत हाँ कि सुझाव यही है कि पहले सब तो पहला स्टेप जिहड़ा हैगा है वो बैठ के प्रॉब्लम रिजोल्व करना है कुछ भी जिहड़े मतभेद ने वो खत्म करने ने और किहदे नाल तुसीं रहना किहदे नाल नहीं रहना वो तुहाडी अपनी कॉल हैगी है। असी किसी पार्टी या किसी नूं असी किसी पर्टिकुलर किसी परसन नूं चंगा या किसी नूं माड़ा नहीं कह रहे कोई भी सानू नहीं पता कि कौन ठीक है तो कौन नहीं है सानू नहीं पता इस चीज़ के बारे लेकिन सानू सिर्फ इन्ना जरूर पता है कि जो इन्हां दी पोस्टां दे उत्ते इन्हां दे वीडियोज़ दे उत्ते इन्हां दी सारे वायरल्स दे उत्ते जिहड़ी संगत दे विच मैसेज जा रहा है वो बहुत ही गलत जा रहा है बहुत ही पीड़ादायक है बहुत ज़्यादा पीड़ादायक है। इहदे नाल मैसेजेस तुसीं देखो उन्हां पोस्टां दे थल्ले बहुत भैड़े भैड़े लोगों ने कमेंट्स भी पाए होंदे ने ते वो बड़े शर्मशार करते हैं कि भी असी किस वास्ते संस्था चुनी सी केड़े काम करने वास्ते जिहड़ी संस्था चुनी सी वो केड़े काम कर रही है। कम है गुरु घरां दी सेवा संभाल करना गुरमत मर्यादा नूं दृढ़ करवाउणा भई गुरमत मर्यादा अनुसार गुरु सच्चे पातशाह दी सेवा संभाल हो रही है नहीं है असी आ सारा कुछ छड के असी कुछ होर ही कर रहे हैं साड़ी प्रबंधक कमेटियां या जो भी संस्थावां जिहड़ियां सियासत विच हैगियां ने जिहड़ियां इन्हां नूं असी चुन के भेजिया असी जिन्हां नूं चुन के भेजिया उही सानू दो तकलीफ दे रहे ने कि भई असी इन्हां नूं चुनिया ते की गलती कीती कि वोट पाना साडा कोई गुनाह सीगा पाप कीता सी ते ओह कि सानू सिख पंथ नूं नुकसान पहुँचाउण वास्ते अजिहे काम करने शुरू करते ने इस प्रकार दीआं दलीलां इस प्रकार दी शब्दावली बहुत ही खराब वरतदे ने जो सोशल मीडिया से खड़े होंगे ने तो शब्दावली का तो बिल्कुल उन्होंने ध्यान ही नहीं है कि असी कि गुरु नानक के पंथ के हिस्से हैं और असी की बोल रहे हैं किसी के सामने तो यह एक मैसेज बहुत एक एक सिख खालसा सिख जिहड़ा है ना वो पूरा वर्ल्डवाइड फैलिया होया और एक उसकी इमेज है तुसी असी अच्छी अच्छी पोस्टा देखते हैं कि फलाना सिंह फलानी पोजिशन पर है एक डिग्निटी हैगी है जो कि कोई सिंह या सरदार भाई खलो जाता ना किसी प्रोजेक्ट्स या साइट के उत्ते जाके तो अदर पीपल दे फाइन कि हाँ यार असी हुण कंफर्टेबल हो गए सिंह साहब इज कमिंग ओवर देयर मीनस कि सारी प्रॉब्लम इज रिजोल्व मतलब हुण जे इत्थे साडे सिंह साहब खड़े होकर सारे प्रॉब्लम्स नूं क्रिएट करनगे तो असी हुण कित्थे जावांगे। अज तुसी समागम कराया तो की यह सिर्फ गुरु साहब अगे अरदास की है ठीक है पहल अरदास तो ही होएगी कि प्रबंधकों नूं लिखते तौर पर या कोई जो होर तरीके भी मैसेज या सुनेहा पहुँचाया जाएगा इस वास्ते? नहीं असी तुहाडे चैनल नो माध्यम असी चुने सब तो पहले असी तुहाडा धन्यवाद भी करते हैं तुसी अपना अकाल चैनल का बहुत बहुत थैंक्स हैगा कि उन्होंने साडे वास्ते साडी गल नूं समझ के कि उन्हां दा भी दर्द है तो साडा भी दर्द है तुहाडे चैनल के माध्यम तो असी केवल हले फिलहाल एक मैसेज एक इंडिविजुअल असी कोई जथेबंदी नहीं हाँ असी 5-7-7-10 सिंह मित्र हाँ आपस में मित्र सिखाई है आपस में जिन्नी डिस्कस की तो गल की साड़ी कोई संस्था नहीं है कोई ऑर्गनाइजेशन नहीं है कोई कमेटी है किसी भी दल राजनीतिक दल नाल असी जुड़े हुए नहीं है कितने भी नहीं है सिर्फ तुहाडे चैनल तो साड़ी हले सिर्फ अपील है जे साड़ी अपील है कितने नहीं पहुँचती इस पर कुछ कार्रवाई नहीं होंगी फिर असी अगे कुछ होर करांगे मैसेज कन्वे करांगे कुछ ना कुछ असी करांगे जो असी तुहानू हुणे नहीं दस सकते। ठीक है जी बहुत एक रिक्वेस्ट साहब जी नाल होर भी है कि जिवें हुण पॉलिटिशियन सारे बोले कि संगत फैसला करेगी संगत फैसला करेगी मेरी तुहाडे नाल एक रिक्वेस्ट है कि तुसीं कृपा करके प्लीज़ बंगला साहब सिरियोन साहब गुरुद्वारा साहब काफ़ी ने जिते संगत आती है एक बार संगत का व्यू जरूर लिता जाए कि संगत की जाती है यह संगत का तुसीं अज आई थिंक सो कि पहली बार रिव्यू लिता गया कि संगत अज की जा रही है इधर असी लोग जिहड़े मुंडे आ तुसीं होर बंदे दा रिव्यू दोगे तो सब यही कहना है कि वी नीड द सोल्यूशन
नॉट ओपन एलीगेशन, पहले सरसा सरना पार्टी से ताकि ने ओपन एलीगेशन लगाती है प्रॉपर्टी विक गई है प्रॉपर्टी विक गई ना, अज तक पता लग्या कि उन्होंने क्या होया विक्की सी या नहीं, ओपन एलीगेशन रह गया, यह भी ओपन एलीगेशन है, क्लोज करके मैटर प्लीज अगे आया जाए सो दैट कि अगली बार असं चूज करिए कि जिन्हें भी वोटर्स है ने सो दैट उन्होंने को ऑप्शन तो हुए किसी ने की किया ओपन एलीगेशन के नाल कुछ नहीं होता। तो प्लस एक रिक्वेस्ट यही है कि तुम प्लीज संगत का होर रिव्यूज लो कि संगत की जानती है, फिर उस तो बाद असी भी वेखिए कि यह पंथक लीडर है भी ने कि संगत का कहना मनते भी ने, असी एज ए संगत ही इन्हों बेनती पाना चाह रहे हैं कि प्लीज़ एनू क्लोज किया जाए मैटर नू, ते एनू तुसी जिवें भी अकाल तख्त साहब के थ्रू अप्रोच करना है या कोर्ट के थ्रू अप्रोच करना है जो भी है अप्रोच करके एक सोल्यूशन जो आंदा है वो साडे अगे रखा जाए कि उन्हां दा मता सीगा। हर गुरद्वारा साहब दे विच जिथे भी पंच सत सिंह इकट्ठे होंदे आ ते दिल्ली दे हर गुरद्वारा साहब दे विच चर्चा दा विषय यही बनया है कि दिल्ली गुरद्वारा कमेटी दे विच किन्नी करप्शन हो गई है, किसने की करता ते किसने की कर दिता, ते पर इन्हां कुछ वीरां ने सिर्फ वो गल्लां या गोसिप्स तक उन्हूं लिमिट जो सीमित नहीं रख्या, उन्हूं अगे गुरु साहब अगे चढ़दी कला की अरदास भी की इन्हां ने और समागम खास तौर पर उचेचे तौर पर इन्हां ने जो कि इत्थे उपराले जिहड़े कीते ने समागम ऑर्गनाइज कराए ने, सो मैनूं लगता है कि दिल्ली की हर जगह से जिथे चर्चा का विषय बना होया ते अगे सोल्यूशन वाला वीर अगे जाने की कोशिश कर रहे हैं। उम्मीद करते हैं कि इन्होंने वीरां दे विचारां दे नाल तुसी सहमत हो गए, अपनी फीडबैक तुसी कमेंट्स के राही जो कि जाहिर कर सकते हो और इस तरीके अकाल चैनल कोशिश करेगा कि दिल्ली की संगत दियां होर जिहड़े भी दर्द पंथ दर्दी ने उन्हां दी आवाज़ जिहड़ी हैगी तुहाडे तक असीं लैके आईए और बुलंद करते रहिए ताकि दिल्ली की सिख सियासत दे विच और जबकि दिल्ली नहीं पूरे संसार की जो कि सिख सियासत का एक मियार जिहड़ा हैगा वो थले जान जिहड़ा थले उहदा स्तर गिरदा पिया उच्चे जावे चढ़दी कला दे विच जावे। इसे तरीके सारी संगत का भी धन्यवाद करांगे और इन्हां वीरां दे नाल गुरु फतेह की सांझ करांगे जी। वाहिगुरू जी का खालसा वाहिगुरू जी की फतेह। तुसीं देख रहे हो अकाल चैनल दास गुरप्रीत सिंह पुई दिल्ली तों। वाहिगुरू जी का खालसा वाहिगुरू जी की फतेह। अकाल चैनल नूं सबस्क्राइब करो, नवी वीडियोज दी नोटिफिकेशन दे लई बैल आइकन नूं क्लिक करना ना भुलना।